ਦੋਸਤੋ ਦੋਸਾਂਝਾਂ ਵਾਲੇ ਨੇ ਸੋਲਡ ਆਊਟ ਕਰਤਾ ਰੋਜਰਸ ਸਟੇਡੀਅਮ ਟੋਰੋਂਟੋ ਦੇ ਵਿੱਚ ਅਤੇ ਉੱਥੇ ਸਿਰਾ ਕਰਾਤਾ ਭੰਗੜੇ ਦੀ ਧਮਾਲ ਲਿਆਤੀ। ਪੂਰਾ ਲਾਈਵ ਕੰਸਰਟ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਜਿੰਨੀਆਂ ਵੀ ਕਲਿੱਪਸ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਤੋਂ ਪਹਿਲਾਂ ਹਰ ਇੱਕ ਦੇ ਕੋਲ। ਪੂਰਾ ਸਟੇਡੀਅਮ ਖਚਾ ਖਚ ਭਰਿਆ ਹੋਇਆ ਸੀ ਦਲਜੀਤ ਦੋਸਾਂਝ ਦੇ ਫੈਨਸ ਦੇ ਨਾਲ, ਜਿਹੜੇ ਉੱਥੇ ਲਾਈਵ ਕੰਸਰਟ ਨੂੰ ਇੰਜੋਏ ਕਰਨ ਦੇ ਲਈ ਆਏ ਸੀ। ਇਹ ਦਲਜੀਤ ਦੋਸਾਂਝ ਨੈਕਸਟ ਲੈਵਲ 'ਤੇ ਧਮਾਲ ਪਾ ਰਿਹਾ ਹੈ। ਪੰਜਾਬੀਆਂ ਦਾ ਨਾਂ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਰਿਹਾ ਹੈ। ਪ੍ਰਾਊਡ ਮੂਵਮੈਂਟ ਆਪਣੇ ਪੰਜਾਬੀਆਂ ਦੇ ਲਈ। ਇਹ ਪੱਗ ਦਾ ਮਾਣ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਰਿਹਾ ਹੈ। ਪਹਿਲਾਂ ਸਿੱਧੂ ਮੂਸੇਵਾਲਾ ਅਤੇ ਹੁਣ ਦਲਜੀਤ ਦੋਸਾਂਝ, ਦੋਨਾਂ ਨੇ ਪੂਰਾ ਸਿਰਾ ਕਰਾ ਰੱਖਿਆ ਹੈ ਇੰਡਸਟਰੀ ਦੇ ਵਿੱਚ ਅਤੇ ਪੂਰੇ ਹੋਲੀਵੁੱਡ ਦੇ ਵਿੱਚ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ ਦੋਸਤੋ। ਆਓ ਲੈ ਚੱਲਦੇ ਹਾਂ ਤੁਹਾਨੂੰ ਰੋਜਰ ਸਟੇਡੀਅਮ ਦੇ ਲਾਈਵ ਕੰਸਰਟ ਦੇ ਵੱਲ। ਹਰ ਇੱਕ ਦੇ ਕੋਲ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਐਂਟਰੀ ਤਾਂ ਦਲਜੀਤ ਦੋਸਾਂਝ ਦੀ ਸੇਮ ਸੀ ਜਿਵੇਂ ਹੋਰ ਕੰਸਰਟਾਂ ਦੇ ਵਿੱਚ ਹੁੰਦੀ ਆ, ਤਾਂ ਆਪਾਂ ਸਿੱਧਾ ਲੈ ਚੱਲਦੇ ਹਾਂ ਪਰਫੋਰਮੈਂਸ ਦੇ ਵੱਲ।
ਸੋ ਦੋਸਤੋ, ਕਿਵੇਂ ਦੀ ਲੱਗੀ ਤੁਹਾਨੂੰ ਦਲਜੀਤ ਦੋਸਾਂਝ ਦੀ ਇਹ ਲਾਈਵ ਪਰਫੋਰਮੈਂਸ? ਅੱਜ ਦੇ ਲੁਮਿਨਾਟੀ ਟੂਰ ਦਾ ਲਾਸਟ ਸ਼ੋਅ ਸੀ, ਜੋ ਕਿ ਰੋਜਰਸ ਅਰੀਨਾ ਟੋਰਾਂਟੋ ਦੇ ਵਿੱਚ ਹੋਇਆ ਸੀ। ਸਟੇਡੀਅਮ ਜੋ ਕਿ ਇੱਕ ਅਤੇ ਸਾਰਾ ਸੋਲਡ ਆਊਟ ਗਿਆ। ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸ਼ੋਅ, ਕਮੈਂਟ ਜ਼ਰੂਰ ਕਰਿਓ। ਅਤੇ ਕੌਣ ਕੌਣ ਲਾਈਵ ਕੰਸਰਟ ਦੇਖਣ ਦੇ ਲਈ ਗਿਆ ਹੋਇਆ ਸੀ ਇਹ ਦਲਜੀਤ ਦੋਸਾਂਝ ਦਾ? ਅਤੇ ਦਲਜੀਤ ਦੋਸਾਂਝ ਨੇ ਰਿਕਾਰਡ ਬਣਾ ਦਿੱਤਾ ਆ ਸਾਰੇ ਸ਼ੋਅ
ਜਿੰਨੇ ਵੀ ਇਸ ਟੂਰ ਦੇ ਸੀ ਡਿਲੂਮੀਨਾਟੀ ਟੂਰ ਦੇ ਸੋਲਡ ਆਊਟ ਗਏ ਨੇ। ਪਹਿਲਾ ਪੰਜਾਬੀ ਆਰਟਿਸਟ ਦਲਜੀਤ ਦੋਸਾਂਝ ਇਹ ਕਰਨ ਵਾਲਾ ਬਣ ਚੁੱਕਿਆ ਹੈ ਦੋਸਤੋ। 12-13 ਸ਼ੋਅ ਸੀ, ਸਾਰੇ ਦੇ ਸਾਰੇ ਸੋਲਡ ਆਊਟ USA ਐਂਡ ਕੈਨੇਡਾ ਦੇ ਵਿੱਚ। ਹੁਣ ਅਗਲਾ ਟਾਰਗੇਟ ਆ ਦਲਜੀਤ ਦੋਸਾਂਝ ਦਾ ਯੂਰੋਪ, UK ਐਂਡ ਦੁਬਈ ਟੂਰ। ਜੀ ਹਾਂ ਦੋਸਤੋ, ਇਸ ਤੋਂ ਬਾਅਦ ਹੁਣ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਇਹ 4 ਥਾਵਾਂ 'ਤੇ ਦਲਜੀਤ ਦੋਸਾਂਝ ਦੇ ਟੂਰ ਹੋਣਗੇ, UK, ਯੂਰੋਪ, ਦੁਬਈ ਐਂਡ ਇੰਡੀਆ। ਸੋ ਬੀ ਰੇਡੀ ਦੋਸਤੋ, ਜਿਹੜੇ ਇੰਤਜ਼ਾਰ ਕਰ ਰਹੇ ਨੇ ਯੂਰੋਪ ਦੇ ਵਿੱਚ ਦਲਜੀਤ ਦੋਸਾਂਝ ਨੂੰ ਦੇਖਣ ਦੇ ਲਈ। ਹਾਲੇ ਯੂਰੋਪ ਦੇ ਵਿੱਚ ਕਿਹੜੀ ਕੰਟਰੀਆਂ ਦੇ ਵਿੱਚ ਟੂਰ ਹੋਣਾ ਆ ਇਹ ਡਿਸਾਈਡ ਨਹੀਂ ਹੋਇਆ, ਬਟ ਇਸ ਦੀ ਇਨਫੋਰਮੇਸ਼ਨ ਦਲਜੀਤ ਦੋਸਾਂਝ ਨੇ ਦੇ ਦਿੱਤੀ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ। ਜੇਕਰ ਤੁਸੀਂ ਦਲਜੀਤ ਦੋਸਾਂਝ ਦੀ ਭੰਗੜੇ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ, ਸਿਰਾ ਕਰਾ ਦਿੱਤਾ ਭੰਗੜੇ ਵਾਲਾ ਵੀ, ਉਹ ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ ਦੇ ਵਿੱਚ ਲਿੰਕ ਪਾਤਾ ਆ, ਉਹ ਵੀ ਜ਼ਰੂਰ ਦੇਖਿਓ। ਧੰਨਵਾਦ।